ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾ ਰਹੀ ਹੈ। ਮੰਦਰਾਂ 'ਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ, ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਉਮੜੀ ਹੋਈ ਹੈ, ਵੱਡੀ ਗਿਣਤੀ ਸ਼ਰਧਾਲੂ ਮੰਦਰਾਂ 'ਚ ਪਹੁੰਚ ਰਹੇ ਨੇ, ਨਤਮਸਤਕ ਹੋ ਰਹੇ ਨੇ, ਪੂਜਾ ਅਰਚਨਾ ਕੀਤੀ ਜਾ ਰਹੀ ਹੈ। 9 ਦਿਨ ਮਾਂ ਦੁਰਗਾ ਦੇ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਏਗੀ। ਅਤੇ ਇਸ ਵਿਚਾਲੇ ਅੱਜ ਨਰਾਤਿਆਂ ਦਾ ਪਹਿਲਾ ਦਿਨ ਹੈ, ਪਹਿਲੇ ਦਿਨ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾ ਰਹੀ ਹੈ। ਮੰਦਰਾਂ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੈ, ਮੰਦਰਾਂ ਨੂੰ ਬੇਹੱਦ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ, ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ, ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੈ। ਸਵੇਰ ਤੋਂ ਹੀ ਵੱਡੀ ਗਿਣਤੀ ਸ਼ਰਧਾਲੂ ਵੱਧ ਚੜ੍ਹ ਕੇ ਮੰਦਰਾਂ 'ਚ ਨਤਮਸਤਕ ਹੋ ਰਹੇ ਨੇ, ਪੂਜਾ ਆਰਤੀ ਕੀਤੀ ਜਾ ਰਹੀ ਹੈ, ਪੂਜਾ ਅਰਚਨਾ ਕੀਤੀ ਜਾ ਰਹੀ ਹੈ। ਇਸ ਵਿਚਾਲੇ 9 ਦਿਨ ਮਾਂ ਦੁਰਗਾ ਦੇ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਏਗੀ। ਅਤੇ ਅੱਜ ਤੋਂ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ, ਅੱਜ ਪਹਿਲਾ ਨਰਾਤਾ ਹੈ। ਇਸ ਦੇ ਵਿਚਾਲੇ ਪਹਿਲੇ ਦਿਨ ਮਾਂ ਸ਼ੈਲ ਪੁੱਤਰੀ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ, ਮੰਦਰਾਂ ਨੂੰ ਬੇਹੱਦ ਹੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਹੈ, ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਜੋ ਸ਼ਰਧਾਲੂ ਨੇ ਵੱਡੀ ਗਿਣਤੀ 'ਚ ਮੰਦਰਾਂ 'ਚ ਪਹੁੰਚ ਰਹੇ ਨੇ, ਨਤਮਸਤਕ ਹੋ ਰਹੇ ਨੇ, ਇਸ ਵਿਚਾਲੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ। 9 ਦਿਨਾਂ ਤੱਕ ਆ ਨਰਾਤੇ ਚੱਲਣਗੇ, ਅੱਜ ਪਹਿਲਾ ਦਿਨ ਹੈ ਅਤੇ ਪਹਿਲੇ ਦਿਨ 'ਚ ਮਾਤਾ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੇ ਮੰਦਰਾਂ ਦੀਆਂ ਤਸਵੀਰਾਂ ਨੇ, ਵੱਡੀ ਗਿਣਤੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ, ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ ਪਹੁੰਚ ਰਹੇ ਨੇ, ਪੂਜਾ ਅਰਚਨਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਅਤੇ ਅੱਜ ਨਰਾਤਿਆਂ ਦੇ ਵਰਤ ਵੀ ਰੱਖੇ ਜਾਂਦੇ ਨੇ ਲੋਕਾਂ ਦੇ ਵੱਲੋਂ, ਪੂਜਾ ਪੂਰੀ ਸ਼ਰਧਾ ਦੇ ਨਾਲ ਨਰਾਤੇ ਮਨਾਏ ਜਾ ਰਹੇ ਨੇ। ਅੱਜ ਪਹਿਲਾ ਦਿਨ ਹੈ, ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾ ਰਹੀ ਹੈ। ਜੋ ਸ਼ਰਧਾਲੂ ਨੇ ਵੱਡੀ ਗਿਣਤੀ 'ਚ ਮੰਦਰਾਂ 'ਚ ਪਹੁੰਚ ਰਹੇ ਨੇ ਅਤੇ ਪੂਜਾ ਅਰਚਨਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਮੰਦਰਾਂ ਸ਼ਰਧਾਲੂਆਂ ਦੀ ਭੀੜ ਉਮੜੀ ਹੋਈ ਵੇਖੀ ਜਾ ਸਕਦੀ ਹੈ। 9 ਦਿਨ ਮਾਂ ਦੁਰਗਾ ਦੇ ਵੱਖ ਵੱਖ ਰੂਪਾਂ ਦੀ ਪੂਜਾ ਅਰਚਨਾ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ। ਅਤੇ ਨਰਾਤੇ 1 ਅਪ੍ਰੈਲ ਦੇ ਮਹੀਨੇ 'ਚ ਆਉਂਦੇ ਨੇ ਅਤੇ 1 ਅਕਤੂਬਰ ਦੇ ਮਹੀਨੇ 'ਚ ਆਉਂਦੇ ਨੇ, ਅਤੇ ਅੱਜ 6 ਦਿਨ ਨਰਾਤੇ ਨੇ। ਇਸ ਦੇ ਵਿਚਾਲੇ ਅੱਜ ਨਰਾਤਿਆਂ ਦਾ ਪਹਿਲਾ ਦਿਨ ਹੈ ਅਤੇ 9 ਦਿਨਾਂ ਤੱਕ ਆ ਨਰਾਤੇ ਚੱਲਣਗੇ, ਅਤੇ ਵੱਖ ਵੱਖ ਦਿਨਾਂ 'ਚ ਵੱਖ ਵੱਖ ਜੋ ਦੁਰਗਾ ਮਾਂ ਦੇ ਵੱਖ ਵੱਖ ਰੂਪਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਪੂਜਾ ਕੀਤੀ ਜਾਂਦੀ ਹੈ। ਅੱਜ ਮਾਂ ਸ਼ੈਲ ਪੁੱਤਰੀ ਦੀ ਪੂਜਾ ਸ਼ਰਧਾਲੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਅਤੇ ਸਾਡੇ ਨਾਲ ਨਿਤਿਨ ਸਬਰਵਾਲ ਲਾਈਵ ਮੌਜੂਦ ਨੇ ਅੰਮ੍ਰਿਤਸਰ ਸ਼੍ਰੀ ਦੁਰਗਿਆਨਾ ਮਾਤਾ ਮੰਦਿਰ ਤੋਂ। ਨਿਤਿਨ, ਜਾਣਨਾ ਚਾਹਾਂਗੇ ਕਿ ਕੁਛ ਤਸਵੀਰਾਂ ਨੇ ਕਿੰਨਾ ਉਤਸ਼ਾਹ ਸ਼ਰਧਾਲੂਆਂ 'ਚ ਵੇਖਿਆ ਜਾ ਸਕਦਾ ਹੈ ਕਿਉਂਕਿ ਨਰਾਤਿਆਂ ਦਾ ਅੱਜ ਪਹਿਲਾ ਦਿਨ ਹੈ। ਅਤੇ ਅੱਜ ਤੋਂ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ, ਅੱਜ ਨਰਾਤਿਆਂ ਦਾ ਪਹਿਲਾ ਦਿਨ ਹੈ, ਪਹਿਲੇ ਦਿਨ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾ ਰਹੀ ਹੈ। ਵੱਖ ਵੱਖ ਥਾਵਾਂ ਤੋਂ ਸਾਡੇ ਸਹਿਯੋਗੀ ਲਾਈਵ ਸਾਡੇ ਨਾਲ ਜੁੜਨਗੇ,
ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿੰਨਾ ਕੁ ਉਚਾਅ ਸ਼ਰਧਾਲੂਆਂ 'ਚ ਵੇਖਿਆ ਜਾ ਸਕਦਾ ਹੈ, ਕਿਉਂਕਿ ਵੱਧ ਚੜ੍ਹ ਕੇ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰਾਂ 'ਚ ਪਹੁੰਚ ਰਹੇ ਨੇ, ਨਤਮਸਤਕ ਹੋ ਰਹੇ ਨੇ। ਇਸੇ ਦੇ ਵਿਚਾਲੇ ਅੱਜ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਤੁਸੀਂ ਵੱਖ ਵੱਖ ਵੇਖ ਪਾ ਰਹੇ ਹੋ। ਅਤੇ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਰਾਘਵ ਜੈਨ ਜਲੰਧਰ ਦੇ ਦੇਵੀ ਤਲਾਬ ਮੰਦਰ ਤੋਂ। ਮੈਂ ਰੁਕ ਰਾਂਗੀ ਰਾਘਵ ਕੀ, ਕੁਛ ਤਸਵੀਰਾਂ ਨੇ ਕਿੰਨਾ ਕੁ ਉਚਾਅ ਸ਼ਰਧਾਲੂਆਂ 'ਚ ਵੇਖਿਆ ਜਾ ਸਕਦਾ ਹੈ, ਕਿੰਨੀ ਕੁ ਭੀੜ ਸ਼ਰਧਾਲੂਆਂ ਦੀ ਮੰਦਰਾਂ 'ਚ, ਕੀ ਕੁਛ ਤਸਵੀਰਾਂ? ਬਿਲਕੁਲ, ਸਵੇਰ ਤੋਂ ਹੀ ਇੱਥੇ ਰੌਣਕ ਲੱਗੀ ਹੋਈ ਹੈ ਮਾਂ ਦੇ ਦਰਬਾਰ ਵਿੱਚ। ਲੋਕ ਨਤਮਸਤਕ ਹੋਣ ਲਈ ਪਹੁੰਚਦੇ ਪਏ ਆ, ਕਿਉਂਕਿ ਪੰਜਾਬ ਦਾ ਇਕਲੌਤਾ ਜਿਹੜਾ ਕੀ ਹੈ ਸਿੱਧ ਸ਼ਕਤੀ ਪੀਠ ਹੈਗਾ ਸ਼੍ਰੀ ਮਾਤਾ ਤ੍ਰਿਪੁਰ ਮਾਲਨੀ ਜੀ ਦਾ। ਇਹ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਬਹੁਤ ਹੀ ਖੂਬਸੂਰਤ ਜਿਹੜਾ ਕਿ ਸਜਾਇਆ ਹੋਇਆ ਵੈ। ਤਸਵੀਰਾਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਤੋਂ ਹੀ ਜਿਹੜੇ ਕਿ ਇੱਥੇ ਸ਼ਰਧਾਲੂ ਸੀਗੇ ਉਹ ਪਹੁੰਚਣੇ ਸ਼ੁਰੂ ਹੋ ਗਏ ਸੀਗੇ, ਤੇ ਹੁਣ ਲਗਾਤਾਰ ਜਿਹੜੇ ਕਿ ਲੋਕ ਇੱਥੇ ਪਹੁੰਚਦੇ ਪਏ, ਕਿਉਂਕਿ ਕਿਹਾ ਜਾਂਦਾ ਹੈ ਕਿ ਜਿਹੜੇ ਨਵਰਾਤਰਿਆਂ ਵਿੱਚ ਜਿਹੜੇ ਕਿ ਪੂਜਾ ਅਰਚਨਾ ਕਰਦੇ ਆ ਉਹ ਜਿਹੜੀ ਕਹਿੰਦੇ ਕਿ ਪੂਰੇ ਸਾਲ 'ਚ ਨੇ ਕੀਤੀ ਹੋ, ਤੇ ਇਹਨਾਂ ਦਿਨਾਂ 'ਚ ਅਗਰ ਕਿਸੇ ਨੇ ਸੱਚੀ ਸ਼ਰਧਾ ਦੇ ਨਾਲ ਜਿਹੜੀ ਕਿ ਪੂਜਾ ਅਰਚਨਾ ਕੀਤੀ ਹੋਵੇ ਤੇ ਉਨਾ ਹੀ ਫਲ ਮਿਲਦਾ ਜਿੰਨਾ ਪੂਰੇ ਇੱਕ ਸਾਲ ਵਿੱਚ ਅਗਰ ਕੋਈ ਪੂਜਾ ਅਰਚਨਾ ਕਰਦਾ। ਤੇ ਤਸਵੀਰਾਂ ਦੇਖ ਸਕਦੇ ਹੋ ਕਿ ਮਾਂ ਦਾ ਜਿਹੜਾ ਦਰਬਾਰ ਬਹੁਤ ਹੀ ਖੂਬਸੂਰਤ ਜਿਹੜਾ ਕਿ ਸਜਾਇਆ ਹੋਇਆ, ਤੇ ਭਗਤ ਇੱਥੇ ਪਹੁੰਚਦੇ ਪਏ ਨੇ ਤੇ ਇੱਥੇ ਜਿਹੜੇ ਕਿ ਪਾਠ ਪੂਜਾ ਜਿਹੜੀ ਕਿ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਦਰਬਾਰ ਦੀ ਜਿਹੜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਬਹੁਤ ਹੀ ਸੋਹਣਾ ਜਿਹੜਾ ਕਿ ਦਰਬਾਰ ਜਿਹੜਾ ਕਿ ਸਜਾਇਆ ਹੋਇਆ, ਕਿਉਂਕਿ ਕੱਲ ਤੋਂ ਹੀ ਜਿਹੜੀ ਕਿ ਇੱਥੇ ਤਿਆਰੀਆਂ ਚੱਲਦੀ ਪਈ ਸੀਗੀ ਤੇ ਸ਼ਾਮ ਤੱਕ ਇੱਥੇ ਕਵਾਂਗੇ ਕਿ ਬਹੁਤ ਜ਼ਿਆਦਾ ਜਿਹੜੀ ਕਿ ਰੌਣਕ ਜਿਹੜੀ ਕਿ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇੱਥੇ ਬਹੁਤ ਸਾਰੇ ਭਗਤ ਆਉਂਦੇ, ਕਿਉਂਕਿ ਖਾਸ ਕਰ ਸਿਰਫ ਜਲੰਧਰ ਤੋਂ ਨਹੀਂ ਦੂਸਰੇ ਸ਼ਹਿਰਾਂ ਤੋਂ ਵੀ ਲੋਕ ਇੱਥੇ ਪਹੁੰਚਦੇ, ਕਿਉਂਕਿ ਪੰਜਾਬ ਦਾ ਹੈ ਇਕਲੌਤਾ ਜਿਹੜਾ ਕਿ ਸਿੱਧ ਸ਼ਕਤੀ ਪੀਠ ਹੈਗਾ ਵੈ। ਤੁਸੀਂ ਤਸਵੀਰਾਂ ਦੇਖ ਸਕਦੇ ਕਿ ਮਾਂ ਦੇ ਦਰਬਾਰ ਦੀ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ, ਜਿੱਥੇ ਕਿ ਲੋਕ ਜਿਹੜੇ ਕਿ ਲਗਾਤਾਰ ਪਹੁੰਚਦੇ ਪਏ, ਕਿਉਂਕਿ ਜਿਹੜੀ ਮਨੋਕਾਮਨਾ ਹੁੰਦੀ ਮਨ ਵਿੱਚ ਉਹ ਇੱਥੇ ਆ ਕੇ ਪੂਜਾ ਅਰਚਨਾ ਕਰਕੇ ਜਿਹੜੀ ਕਿ ਆਪਣੀ ਮਨੋਕਾਮਨਾ ਪੂਰੀ ਕਰਦੇ। ਸਾਡੇ ਨਾਲ ਪੰਡਿਤ ਜੀ ਵੀ ਮੌਜੂਦ ਹੈ, ਗੱਲਬਾਤ ਕਰਾਂਗੇ। ਪੰਡਿਤ ਜੀ, ਅੱਜ ਦਾ ਦਿਨ ਕਿੰਨਾ ਮਹੱਤਵਪੂਰਨ ਹੈ? सारे भक्तों को जय माता दी। आज का दिन जो है बहुत बढ़िया दिन है। कहते हैं कि नवरात्रि के दिन अगर मंगलवार पड़ जाए तो एक कल्प भेद तक ये जो फल है वो खत्म होने वाला नहीं होता। और देखिए शास्त्रों के अनुसार अष्टमी भी मंगलवार को ही पड़ रहा है, तो निर्णय सिंधु में लिखा हुआ है कि अष्टमी के दिन माता रानी का जो पूजन करता है, कंजक पूजन करता है, उसको अश्वमेघ यज्ञ से भी बड़ा फल मिलता है। तो आज प्रथम शैल पुत्री माता का दिन है, आज शक्तिपीठ में खेत्री पूजन भी किया गया है। तो इस नवरात्रि में माता शैल पुत्री जो है कि सभी भक्तों को लाभकारी, मंगलकारी, शुभ कार्य प्रदान करने वाली है। और माँ भगवती जगत जननी आदि शक्ति माँ जगदम्बा से हम प्रार्थना करते हैं कि ये नवरात्रि का प्रथम दिवस, पूरे 9 दिन जो है महारात्रि का, बहुत ही शुभ दिन है। तो माँ त्रिपुर माली से और माँ शेरा वाली से अरदास करते हैं, प्रार्थना करते हैं कि माँ भगवती दुर्गा देवी सभी भक्तों का कल्याण करे, रक्षा करे, कभी भी किसी को संकट, कष्ट, परेशानी ना दे, सारे कष्टों को दूर करते हुए महारात्रि सभी को सुख समृद्धि ऐश्वर्यादि प्रदान करे। बोल सच्चे दरबार की जय। ਬਿਲਕੁਲ, ਤੁਸੀਂ ਸੁਣਿਆ ਜਿਸ ਤਰ੍ਹਾਂ ਕਿ ਮੰਗਲਵਾਰ ਦਿਨ ਵੀ ਬਹੁਤ ਜ਼ਿਆਦਾ ਖਾਸ ਦਿਨ ਹੈਗਾ ਵੈ। ਤੁਸੀਂ ਦੇਖ ਸਕਦੇ ਕਿ ਭਗਤ ਜਿਹੜੀ ਕਿ ਲਗਾਤਾਰ ਮਾਂ ਦੇ ਦਰਬਾਰ ਵਿੱਚ ਪਹੁੰਚਦੇ ਪਏ, ਕਿਉਂਕਿ ਜਿਸ ਤਰ੍ਹਾਂ ਦੱਸਿਆ ਕਿ ਸ਼੍ਰੀ ਸ਼ਕਤੀ ਪੀਠ ਹੈਗਾ ਪੂਰੇ ਪੰਜਾਬ ਦਾ ਇਕਲੌਤਾ ਸ਼੍ਰੀ ਸ਼ਕਤੀ ਪੀਠ ਹੈ, ਕਿਉਂਕਿ ਪੂਰੇ ਭਾਰਤ 'ਚ 51 ਸ਼ਕਤੀ ਪੀਠ ਹੈ ਤੇ ਉਹਨਾਂ ਵਿੱਚ ਜਿਹੜੀ ਦੇਵੀ ਤਲਾਬ ਮੰਦਿਰ ਇਹ ਕਾਫੀ ਖਾਸ ਹੈ।
ਤੇ ਲਗਾਤਾਰ ਸ਼ਰਧਾਲੂ ਇੱਥੇ ਪਹੁੰਚਦੇ ਪਏ ਕਿਉਂਕਿ ਸਾਹਮਣੇ ਵੀ ਮਾਤਾ ਦਾ ਦਰਬਾਰ ਹੈ। ਕੁਛ ਸ਼ਰਧਾਲੂ ਉਧਰਲੀ ਸਾਈਡ ਜਾਂਦੇ ਹੈਗੇ ਤੇ ਕੁਛ ਉਸ ਤੋਂ ਬਾਅਦ ਦਰਸ਼ਨ ਕਰਕੇ ਮਾਂ ਜਿਹੜਾ ਮੇਨ ਦਰਬਾਰ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਉੱਥੇ ਜਿਹੜੇ ਕਿ ਆ ਕੇ ਦਰਸ਼ਨ ਕਰਦੇ ਪਿਆ। ਦੂਜੇ ਪਾਸੇ ਤੁਹਾਨੂੰ ਦਿਖਾ ਦੇ ਕਿ ਸਵੇਰੇ ਆ ਕੇ ਕਈ ਲੋਕ ਜਿਹੜੇ ਕਿ ਜੋਤਾਂ ਵੀ ਜਿਹੜੀ ਕਿ ਜਗਾ ਰਹੇ, ਸਵੇਰ ਤੋਂ ਹੀ ਲੋਕ ਇੱਥੇ ਪਹੁੰਚਦੇ ਪਏ ਤੇ ਦੇਖਦੇ ਕਾਫੀ ਜੋਤਾਂ ਜਗ ਚੁੱਕੀਆਂ ਹੋਈਆਂ। ਇਸ ਤੋਂ ਹੀ ਹਿਸਾਬ ਲੱਗ ਸਕਦਾ ਹੈ ਕਿ ਕਿੰਨੇ ਕੁ ਭਗਤ ਜਿਹੜੇ ਕਿ ਸਵੇਰ ਤੋਂ ਹੀ ਇੱਥੇ ਪਹੁੰਚਦੇ ਪਏ, ਕਿਉਂਕਿ ਹਰ ਇੱਕ ਵਿਅਕਤੀ ਦਾ ਇੱਕ ਆਪਣਾ ਢੰਗ ਹੁੰਦਾ ਕਿ ਕਿਸ ਤਰ੍ਹਾਂ ਪੂਜਾ ਅਰਚਨਾ ਕਰਨੀ, ਕਿਉਂਕਿ ਮਨਾਉਣਾ ਤੇ ਮਾਂ ਨੂੰ ਹੁੰਦਾ ਵਾ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਹਰ ਕੋਈ ਲੱਗਾ ਹੋਇਆ ਹੈ ਤਾਂ ਕਿ ਮਾਂ ਨੂੰ ਖੁਸ਼ ਕਰਕੇ ਜਿਹੜੀ ਮਨੋਕਾਮਨਾਵਾਂ ਉਹ ਪੂਰੀ ਕੀਤੀ ਜਾ ਸਕੇ। ਕਿਉਂਕਿ ਜਿਸ ਤਰ੍ਹਾਂ ਪੰਡਿਤ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਇਸ ਵਾਰੀ ਨਵਰਾਤਰੇ ਮੰਗਲਵਾਰ ਤੋਂ ਜਿਹੜੀ ਕਿ ਸ਼ੁਰੂਆਤ ਹੋਈ ਹੈ ਤੇ ਉਹੀ ਬੇਹੱਦ ਖਾਸ ਨੇ ਤੇ ਜਿਹੜਾ ਇਹਨਾਂ ਦਿਨਾਂ ਵਿੱਚ ਪੂਜਾ ਅਰਚਨਾ ਕਰਦਾ ਵਾ, ਵਰਤ ਰੱਖਦਾ ਵਾ ਤੇ ਉਹਦੀ ਜਿਹੜੀ ਮਨੋਕਾਮਨਾ ਹੁੰਦੀਆਂ ਵਾ ਉਹ ਕਹਿੰਦੇ ਜ਼ਰੂਰ ਪੂਰੀਆਂ ਹੁੰਦੀਆਂ ਤੇ ਭਗਤਾਂ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਜਿਹੜਾ ਕਿ ਦੇਖਣ ਨੂੰ ਮਿਲਦਾ। ਕਿਉਂਕਿ ਸਵੇਰ ਤੋਂ ਹੀ ਜਿਸ ਤਰ੍ਹਾਂ ਭਗਤ ਇੱਥੇ ਪਹੁੰਚਦੇ ਪਏ ਹੈ, ਆਪਣਾ ਦੀਵੇ ਜਲਾ ਰਹੇ ਨੇ ਤੇ ਲਾਈਨਾਂ 'ਚ ਲੱਗ ਕੇ ਜਿਹੜੇ ਕਿ ਮਾਂ ਦੇ ਜਿਹੜੇ ਦਰਸ਼ਨ ਕਰਦੇ ਪਏ ਨੇ, ਕਿਉਂਕਿ ਦੇਵਤਲਾ ਮੰਦਿਰ 'ਚ ਕਾਫੀ ਹੋਰ ਵੀ ਮੰਦਿਰ ਬਣੇ ਹੋਏ ਨੇ, ਇਸ ਲਈ ਕਾਫੀ ਰੌਣਕ ਚਾਰੋ ਪਾਸੇ ਹੀ ਇੱਥੇ ਵੇਖਣ ਨੂੰ ਮਿਲਦੀ ਹੈ ਤੇ ਸ਼ਾਮ ਤੱਕ ਤਾਂ ਕਹਿ ਸਕਦੇ ਕਿ ਕਾਫੀ ਭੀੜ ਹੁੰਦੀ ਕਿ ਪੈਰ ਰੱਖਣ ਦੀ ਵੀ ਥਾਂ ਜਿਹੜੀ ਕਿ ਇੱਥੇ ਦਿਖਦੀ ਨਹੀਂ ਹੈਗੀ। ਕਿਉਂਕਿ ਸਵੇਰੇ 5 ਵਜੇ ਤੋਂ ਇੱਥੇ ਲੋਕ ਆਉਣੇ ਸ਼ੁਰੂ ਹੋ ਗਏ ਸੀ ਤੇ ਹੌਲੀ ਹੌਲੀ ਲੋਕੀ ਆਪਣੇ ਕੰਮਾਂ ਕਾਰਾਂ ਨੂੰ ਕਰਦੇ ਹੋਏ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਉਂਦੇ ਨੇ। ਦੂਜੇ ਪਾਸੇ ਮਾਤਾ ਜਿਹੜਾ ਦੂਸਰਾ ਦਰਬਾਰ ਹੈ ਉਹਦੀ ਵੀ ਮੈਂ ਤਸਵੀਰਾਂ ਦਿਖਾ ਰਿਹਾ ਕਿ ਉੱਥੇ ਵੀ ਤੁਸੀਂ ਦੇਖ ਰਹੇ ਹੋਣੇ ਕਿ ਸ਼ਰਧਾਲੂ ਜਿਹੜੇ ਕਿ ਹੈ ਦਰਸ਼ਨ ਕਰਕੇ ਜਿਹੜੇ ਕਿ ਹੌਲੀ ਹੌਲੀ ਬਾਹਰ ਆਉਂਦੇ ਪਏ ਨੇ। ਯਾਨੀ ਕਿ ਲਗਾਤਾਰ ਜਿਹੜੀ ਕਿ ਇੱਥੇ ਦੇਵਤਲਾ ਮੰਦਿਰ ਵਿੱਚ ਰੌਣਕ ਦੇਖਣ ਨੂੰ ਮਿਲਦੀ ਹੈਗੀ ਹੈ। ਖਾਸ ਤੌਰ 'ਤੇ ਜਿਹੜੇ ਬੱਚਿਆਂ ਦੀ ਜਿਹੜੀ ਕਿ ਮਨੋਕਾਮਨਾ ਹੁੰਦੀਆਂ ਉਹ ਵੀ ਬਹੁਤ ਜਲਦੀ ਇੱਥੇ ਸੁਣੀਆਂ ਜਾਂਦੀਆਂ ਅਤੇ ਖਾਸ ਕਰਕੇ ਲੋਕ ਇੱਥੇ ਪਾਠ ਪੂਜਾ ਸਵੇਰ ਤੋਂ ਹੀ ਬੈਠੇ ਹੋਏ ਨੇ। ਕਈ ਲੋਕ ਬਾਹਰ ਹੀ ਬਹਿ ਜਾਂਦੇ ਨੇ ਤਾਂ ਕਿ ਪਾਠ ਪੂਜਾ ਆਪਣੀ ਕਰਦੇ ਨੇ, ਅੰਦਰ ਲਾਈਨ 'ਚ ਕਿਸੇ ਨੂੰ ਦਿੱਕਤ ਨਾ ਆਵੇ। ਅਤੇ ਦੂਜਾ ਹੁਣ ਮੈਂ ਦਰਬਾਰ ਵੀ ਤੁਹਾਨੂੰ ਦਿਖਾਊਂਗਾ ਕਿ ਉੱਥੇ ਇਸ ਵਕਤ ਕਿੰਨੀ ਕੁ ਰੌਣਕ ਜਿਹੜੀ ਕਿ ਦੇਖਣ ਨੂੰ ਮਿਲਦੀ ਪਈ ਹੈ, ਕਿਉਂਕਿ ਇਹ ਵੀ ਜਿਹੜਾ ਕਿ ਮੁੱਖ ਦਰਬਾਰ ਕਿਹਾ ਜਾਂਦਾ ਵਾ। ਅੰਦਰ ਮਾਂ ਸਰਸਵਤੀ ਹੈ, ਮਾਂ ਲਕਸ਼ਮੀ ਦੀ ਜਿਹੜੀ ਕੀ ਹੈ ਮੂਰਤੀ ਜਿਹੜੀ ਕਿ ਅੰਦਰ ਸਥਾਪਿਤ ਹੈਗੀ ਹੈ ਅਤੇ ਮਾਂ ਸ਼ੇਰਾਵਾਲੀ ਦੀ ਜਿਹੜੀ ਕਿ ਮੂਰਤੀ ਅੰਦਰ ਮੌਜੂਦ ਹੈ। ਅਤੇ ਉੱਥੇ ਤੁਹਾਨੂੰ ਹੁਣ ਤਸਵੀਰਾਂ ਦਿਖਾਵਾਂਗੇ ਕਿ ਉੱਥੇ ਅੰਦਰ ਕੀ ਮਾਹੌਲ ਹੈ, ਕਿਉਂਕਿ ਇੱਥੇ ਰੋਜ਼ ਸ਼ਾਮ ਨੂੰ ਜਿਹੜਾ ਕਿ ਇੱਥੇ ਜ਼ਰੂਰ ਜਾਗਰਣ ਇੱਥੇ ਦੇਖਣ ਨੂੰ ਮਿਲਦਾ ਹੈਗਾ ਵਾ। ਤੁਹਾਨੂੰ ਤਸਵੀਰਾਂ ਹੁਣ ਅੰਦਰ ਮਾਂ ਦੇ ਦਰਬਾਰ ਦੀ ਦਿਖਾਉਂਦੇ ਕਿ ਅੰਦਰ ਕਿਸ ਤਰ੍ਹਾਂ ਜਿਹੜਾ ਕਿ ਮਾਹੌਲ ਬਣਿਆ ਹੋਇਆ ਵਾ। ਦੇਖ ਸਕਦੇ ਕਿ ਇਸ ਵਕਤ ਅੰਦਰ ਵੀ ਕਾਫੀ ਜਿਹੜੇ ਕਿ ਜਿਹੜੇ ਸ਼ਰਧਾਲੂ ਹੈ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ। ਦਰਬਾਰ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਵਾ, ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਲੋਕ ਪਹਿਲਾਂ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਅਤੇ ਉਸ ਤੋਂ ਬਾਅਦ ਮਾਂ ਤਿਰੁਕੁਲ ਮਾਨੀ ਦੇ ਦਰਬਾਰ ਵਿੱਚ ਜਾਂਦੇ ਨੇ। ਅਤੇ ਤਸਵੀਰਾਂ ਦੇਖ ਸਕਦੇ ਕਿ ਸਵੇਰ ਤੋਂ ਜਿਹੜੀ ਕਿ ਇੱਥੇ ਵੀ ਲਾਈਨਾਂ ਲੱਗੀਆਂ ਹੋਈਆਂ ਵਾ, ਇੱਕ ਇੱਕ ਕਰਕੇ ਜਿਹੜੇ ਕਿ ਆਰਾਮ ਨਾਲ ਜਿਹੜੀ ਕਿ ਲਾਈਨ 'ਚ ਲਾਈ ਜਾ ਰਹੀ ਹੈ ਅਤੇ ਸ਼ਰਧਾਲੂ ਆ ਰਹੇ ਅਤੇ ਦਰਸ਼ਨ ਕਰਕੇ ਜਿਹੜੇ ਕੀ ਹੈ ਮਾਂ ਕੋ ਜਿਹੜੇ ਕੀ ਹੈ ਆਪਣੀ ਜਿਹੜੀ ਮਨੋਕਾਮਨਾ ਵਾ ਉਹ ਪੂਰੀ ਕਰਨ ਵਾਸਤੇ ਮਾਂ ਮੋਹਰੇ ਨਤਮਸਤਕ ਹੋ ਰਹੇ ਨੇ ਆਪਣੇ ਆਪਣੇ ਢੰਗ ਦੇ ਨਾਲ। ਹਰ ਕੋਈ ਮਾਂ ਨੂੰ ਰਜਾਉਣ ਦੀ ਜਿਹੜੀ ਕਿ ਕੋਸ਼ਿਸ਼ ਕਰਦਾ ਹੈਗਾ। ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਛੋਟੇ ਛੋਟੇ ਬੱਚੇ ਵੀ ਸਵੇਰ ਤੋਂ ਹੀ ਲੱਗਦਾ ਕਿ ਉਹ ਵੀ ਤਿਆਰ ਹੋ ਕੇ ਇੱਥੇ ਆਏ ਹੋਏ ਨੇ, ਕਿਉਂਕਿ ਆਮ ਤੌਰ 'ਤੇ ਸਵੇਰੇ ਸਵੇਰੇ ਬੱਚੇ ਵੀ ਨਹੀਂ ਉੱਠਦੇ ਹੈਗੇ, ਪਰ ਜਦੋਂ ਪਤਾ ਕਿ ਅੱਜ ਦਾ ਦਿਨ ਬੇਹੱਦ ਖਾਸ ਹੈ ਅਤੇ ਘਰਦਿਆਂ ਨੂੰ ਹੁੰਦਾ ਕਿ ਬੱਚਿਆਂ ਨੂੰ ਵੀ ਅਸੀਂ ਨਾਲ ਲੈ ਕੇ ਜਾਈਏ ਅਤੇ ਮੰਦਰ ਵਿੱਚ ਲਿਜਾ ਕੇ ਉਹਨਾਂ ਨੂੰ ਵੀ ਜਿਹੜਾ ਕਿ ਨਤਮਸਤਕ ਕਰਵਾਈਏ ਤਾਂ ਕਿ ਜਿਹੜੀ ਉਹਨਾਂ ਦੀ ਵੀ ਮਨੋਕਾਮਨਾ ਹੈ ਉਹ ਵੀ ਭਵਿੱਖ ਵਿੱਚ ਜਿਹੜੀ ਤਰੀਕ ਉਹਨਾਂ ਦੇ ਸੁਪਨੇ ਆ ਉਹ ਪੂਰੇ ਕਰ ਸਕਣ, ਜਿਹੜੀ ਤਰੱਕੀਆਂ ਜਿਹੜੀ ਕਿ ਉਹ ਵੀ ਕਰ ਸਕਦੇ ਨੇ। ਦੇਖ ਸਕਦੇ ਛੋਟੇ ਛੋਟੇ ਬੱਚੇ ਆਪਣੇ ਘਰਦਿਆਂ ਨਾਲ ਜਿਹੜੇ ਕਿ ਪਹੁੰਚੇ ਹੋਏ ਨੇ। ਅਤੇ ਲਗਾਤਾਰ ਜਿਹੜੀ ਕਿ ਤਸਵੀਰਾਂ ਤੁਹਾਨੂੰ ਸ਼੍ਰੀ ਦੇਵਤਲਾ ਮੰਦਿਰ ਤੋਂ ਦਿਖਾ ਰਹੇ ਹਾਂ, ਜਿੱਥੇ ਕਿ ਸਵੇਰ 5 ਵਜੇ ਤੋਂ ਹੀ ਜਿਹੜੇ ਕਿ ਸ਼ਰਧਾਲੂ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਸ਼ਾਮ ਤੱਕ ਜਿਹੜੀ ਕਿ ਇੱਥੇ ਰੌਣਕ ਜਿਹੜੀ ਕਿ ਹੈ ਲੱਗੀ ਰਹਿੰਦੀ ਨੇ। ਜੀ ਜੀ